एलएफ चैनल ਤੁਹਾਡਾ ਸਵਾਗਤ ਕਰਦਾ ਹੈ। ਕੈਪਟਨ ਨੇ ਸੌਂ ਚੱਕੀ, ਹਰ ਘਰ ਇੱਕ ਨੌਕਰੀ ਪੱਕੀ। ਜੀ ਹਾਂ, ਵੋਟਾਂ ਤੋਂ ਪਹਿਲਾਂ ਇਹ ਵਾਅਦਾ ਸੀ ਕੈਪਟਨ ਅਮਰਿੰਦਰ ਸਿੰਘ ਦਾ, ਜਿਸ ਦਾ ਕੈਪਟਨ ਸਰਕਾਰ ਵੱਲੋਂ ਬਹੁਤ ਜਲਦੀ ਪੂਰਾ ਕਰਨ ਦਾ ਫੈਸਲਾ ਕੀਤਾ ਜਾ ਚੁੱਕਿਆ ਹੈ। ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕਰਦਿਆਂ ਸਰਕਾਰ ਦਾ 100 ਦਿਨਾਂ ਦਾ ਲੇਖਾ ਜੋਖਾ ਦਿੰਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਕਿ ਚੋਣ ਵਾਅਦੇ ਦੀ ਪੂਰਤੀ ਦੇ ਪਹਿਲੇ ਪੜਾਅ ਹੇਠ ਅਗਸਤ 2017 ਵਿੱਚ ਸਰਕਾਰ ਇੱਕ ਵੱਡਾ ਨੌਕਰੀ ਮੇਲਾ ਕਰਵਾਉਣ ਜਾ ਰਹੀ ਹੈ। ਹਰ ਘਰ ਦੇ ਵਿੱਚ ਨੌਕਰੀ, ਸੋ ਵੀ ਆਰ ਹੋਪਿੰਗ ਔਨ ਇਨ ਅਗਸਤ ਵੀ ਆਰ ਗੋਇੰ ਟੂ ਡੂ ਇਟ, ਬਟ ਡੇਟ ਵੀ ਵਿਲ ਬੀ ਅਨਾਊਂਸਿੰਗ ਲੇਟਰ। ਇਨ ਖੂਨੀ ਮਾਜਰਾ ਐਂਡ ਮੋਹਾਲੀ ਵੀ ਆਰ ਗੋਇੰ ਟੂ ਹੈਵ 50,000 ਯੰਗਸਟਰਸ ਦੇਅਰ ਪ੍ਰੈਜ਼ੈਂਟ ਟੂ ਗਿਵ ਦਮ ਜੋਬਸ। ਉਹਨਾਂ ਦਾ ਕਹਿਣਾ ਹੈ ਕਿ ਵੱਡੀਆਂ ਕੰਪਨੀਆਂ ਤਕਰੀਬਨ 50,000 ਨੌਜਵਾਨਾਂ ਦੀ ਨੌਕਰੀ ਲਈ ਚੋਣ ਕਰਨਗੀਆਂ। ਲੇਟੈਸਟ ਵੀਡੀਓ ਅਤੇ ਨਿਊਜ਼ ਦੇ ਲਈ ਪਲੀਜ਼ ਲਵ ਫੋਰਐਵਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ।